ਗੱਲ ਪੰਜਾਬ ਦੀ ਟੀ ਵੀ ਦੇਖ ਰਹੇ ਦਰਸ਼ਕਾਂ ਨੂੰ ਪ੍ਰਵੀਨ ਕੋਮਲ ਵੱਲੋਂ ਸਤਿ ਸ਼੍ਰੀ ਅਕਾਲ। ਦੋਸਤੋ, ਮੇਰੇ ਨਾਲ ਨੇ ਮੇਰੇ ਸਹਿਯੋਗੀ ਬਿਕਰਮਜੀਤ ਸਿੰਘ। ਬਿਕਰਮਜੀਤ ਸਿੰਘ ਜੀ, ਪੰਜਾਬ ਦੇ ਜਿਹੜੇ ਦਿਨ ਨੇ ਪੋਹ ਦੇ ਦਿਨ, ਅਤੇ ਇਹ ਸਰਦੀ ਦੇ ਪੱਖੋਂ ਵੀ ਬੜੇ ਦੁਖਦਾਈ ਹੁੰਦੇ ਨੇ, ਅਤੇ ਇਸ ਇਹਨਾਂ ਦਿਨਾਂ ਦੇ ਨਾਲ ਇੱਕ ਬਹੁਤ ਹੀ ਦੁੱਖ ਭਰੀਆਂ ਜਿਹੜੀਆਂ ਯਾਦਾਂ ਨੇ ਉਹ ਜੁੜੀਆਂ ਹੋਈਆਂ ਨੇ। ਮੈਂ ਸਰਦਾਰ ਅਲੀ ਦਾ ਇੱਕ ਗੀਤ ਸੁਣ ਰਿਹਾ ਸੀ, ਜੰਗਲ ਮਾਛੀਵਾੜੇ ਦਾ, ਬੇਨਤੀ ਕਰੇ ਹਵਾਵਾਂ ਨੂੰ। ਮੈਂ ਅਚਾਨਕ ਇਹ ਗੀਤ ਸੁਣਿਆ ਅਤੇ ਕੱਲ੍ਹ, ਅਤੇ ਮੈਂ ਸੁਣ ਕੇ ਗੀਤ ਬੜਾ, ਮੈਂ ਜਦੋਂ ਗੀਤ ਸੁਣਿਆ ਤਾਂ ਸਾਡੇ ਚੌਜੀ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ, ਮਰਦ ਏ ਮੁਜ਼ਾਹਿਦ ਫਖਰੇ ਕੌਮ, ਇਹ ਮੇਰੀ ਯਾਦਾਂ ਦੇ ਵਿੱਚ, ਮੈਂ ਇਹਨਾਂ ਦੇ ਨਾਲ ਵਿਚਰਨ ਲੱਗ ਪਿਆ ਮਾਛੀਵਾੜੇ ਦੇ ਜੰਗਲਾਂ ਵਿੱਚ, ਕਿ ਕਿਸ ਤਰ੍ਹਾਂ ਸਾਰਾ ਪਰਿਵਾਰ ਖਤਮ ਹੋ ਜਾਣ ਉਪਰੰਤ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ, ਜਿਹੜਾ ਦੇਖੋ ਕਿੱਡਾ ਵੱਡਾ, ਉਸ ਵੇਲੇ ਕਿਸ ਮਨੋਦਸ਼ਾ ਦੇ ਵਿੱਚ ਮਾਛੀਵਾੜੇ ਦੇ ਜੰਗਲਾਂ ਵਿੱਚ ਵਿਚਰੇ। ਮੈਂ ਅੱਜ ਦੀ ਜਿਹੜੀ ਚਰਚਾ ਦੇ ਵਿੱਚ ਆਪਾਂ ਗੱਲ ਕਰਾਂਗੇ ਕਿ ਸਭ ਤੋਂ ਵੱਡਾ ਦੁੱਖ ਜਿਹੜਾ ਇਹਨਾਂ ਦਿਨਾਂ ਦੇ ਵਿੱਚ ਹੈ, ਤਕਰੀਬਨ ਮੇਰਾ ਖਿਆਲ ਹੈ ਪੋਹ ਦੇ ਇਹਨਾਂ ਦਿਨਾਂ ਦੇ ਵਿੱਚ ਹੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਸਾਰਾ ਪਰਿਵਾਰ, ਸਰਬੰਸਦਾਨੀ ਗੁਰੂ ਗੋਬਿੰਦ ਸਿੰਘ ਜੀ ਦਾ ਸਾਰਾ ਪਰਿਵਾਰ ਸਮਾਪਤ ਹੋ ਚੁੱਕਿਆ ਸੀ। ਇੱਕ ਗੱਲ ਮੈਂ ਜ਼ਿਕਰ ਕਰਦਾ ਤੁਹਾਡੇ ਨਾਲ, ਫਤਿਹਗੜ੍ਹ ਸਾਹਿਬ ਅਸੀਂ ਗਏ ਦਰਸ਼ਨਾਂ ਦੇ ਲਈ, ਮੇਰੇ ਬੱਚੇ ਛੋਟੇ ਛੋਟੇ ਸੀ, ਚੌਥੀ ਪੰਜਵੀਂ ਕਲਾਸ ਦੇ ਵਿੱਚ ਪੜ੍ਹਦੇ ਹੋਣਗੇ। ਮੈਂ ਬੱਚਿਆਂ ਨੂੰ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੇ ਬਾਰੇ ਦੱਸਣ ਲੱਗ ਪਿਆ ਕਿ ਕਿਸ ਤਰ੍ਹਾਂ ਉਹਨਾਂ ਨੂੰ ਸ਼ਹੀਦ ਕੀਤਾ ਗਿਆ, ਕਿਸ ਤਰ੍ਹਾਂ ਉਹਨਾਂ ਨੇ ਈਨ ਨਹੀਂ ਮੰਨੀ, ਕਿਸ ਤਰ੍ਹਾਂ ਉਹਨਾਂ ਨੂੰ ਨੀਹਾਂ ਦੇ ਵਿੱਚ ਚਿਣ ਕੇ ਸ਼ਹੀਦ ਕੀਤਾ ਗਿਆ। ਤਾਂ ਮੇਰਾ ਜਿਹੜਾ ਬੇਟਾ ਵੱਡਾ ਸੀ ਬੇਟੀ ਤੋਂ, ਉਹ ਮੈਨੂੰ ਸਵਾਲ ਪੁੱਛਦਾ, ਕਹਿੰਦਾ ਡੈਡੀ, ਕਹਿੰਦਾ ਉਹਨਾਂ ਬੱਚਿਆਂ ਦਾ ਕਸੂਰ ਕੀ ਸੀ। ਮੈਂ ਕਿਹਾ ਬੇਟਾ, ਇਹ ਸਾਰੀ ਦੁਨੀਆ ਪੁੱਛ ਰਹੀ ਹੈ ਕਿ ਉਹਨਾਂ ਬੱਚਿਆਂ ਦਾ ਕਸੂਰ ਕੀ ਸੀ। ਅਤੇ ਮੇਰੀ, ਉਸ ਤੋਂ ਬਾਅਦ ਬੇਟੀ ਨੇ ਸਵਾਲ ਪੁੱਛਿਆ, ਮੇਰੀ ਬੇਟੀ ਸਵਾਲ ਪੁੱਛਦੀ ਹੈ ਕਿ ਡੈਡੀ, ਇਸ ਸ਼ਹਿਰ ਦੇ ਵਿੱਚ ਰਹਿਣ ਵਾਲੇ ਲੋਕਾਂ ਦਾ ਦਿਲ ਕਿਵੇਂ ਲੱਗਦਾ ਹੋਵੇਗਾ। ਮੇਰੀ ਬੇਟੀ ਨੇ ਪੁੱਛਿਆ ਕਿ ਇਸ ਸ਼ਹਿਰ ਵਿੱਚ ਰਹਿਣ ਵਾਲੇ ਲੋਕਾਂ ਦਾ ਦਿਲ ਕਿਵੇਂ ਲੱਗਦਾ ਹੋਵੇਗਾ। ਅਤੇ ਮੇਰੇ ਕੋਲ ਬਿਕਰਮ ਜੀ ਕੋਈ ਇਸ ਸਵਾਲ ਦਾ ਜਵਾਬ ਨਹੀਂ ਸੀ। ਇਹ ਜਿਹੜੇ ਦਿਨ ਨੇ ਇਹ ਸਾਡੇ ਲਈ ਬਹੁਤ ਦੁਖਦਾਈ ਦਿਨ ਨੇ। ਬੇਕਸੂਰ ਬੱਚਿਆਂ ਦੇ ਨਾਲ, ਹਾਲਾਂਕਿ ਮੇਰਾ ਖਿਆਲ ਹੈ ਜਦੋਂ ਸਾਹਿਬਜ਼ਾਦਿਆਂ ਨੂੰ ਸ਼ਹੀਦ ਕਰਨ ਦੀਆਂ ਵਿਉਂਤਬੰਦੀਆਂ ਬਣਾਈਆਂ ਜਾ ਰਹੀਆਂ ਸਨ ਤਾਂ ਵਿਰੋਧ ਵੀ ਹੋਇਆ ਸੀਗਾ। ਸ਼ਾਇਦ ਨਵਾਬ ਮਲੇਰਕੋਟਲਾ ਨੇ ਕਿਹਾ ਸੀ ਕਿ ਮੈਂ ਬਿਲਕੁਲ ਹਾਮੀ ਭਰੀ ਗਈ ਸੀ ਵੱਲੋਂ ਕਿ ਮੈਂ ਜੰਗ ਲੜ ਕੇ, ਜੇ ਮੈਂ ਆਪਣੀ ਦੁਸ਼ਮਣੀ ਕੱਢਣੀ ਹੈ, ਮੈਂ ਜੰਗ ਲੜੂੰਗਾ ਗੁਰੂ ਗੋਬਿੰਦ ਸਿੰਘ ਨਾਲ, ਮੈਂ ਬੱਚਿਆਂ ਦਾ ਕਤਲ ਨਹੀਂ ਕਰੂੰਗਾ। ਕੀ ਕਹਿਣਾ ਤੁਹਾਡਾ ਇਹਦੇ ਬਾਰੇ? ਬਿਲਕੁਲ ਜੀ ਕੋਮਲ ਸਾਹਿਬ, ਜਿੱਦਾਂ ਕਿ ਬਿਲਕੁਲ ਇਤਿਹਾਸ ਦੇ ਪੰਨੇ ਜੀ, ਉਸ ਇਤਿਹਾਸ ਦਾ ਜਿਹੜਾ ਸਿਸਟਮ ਹੈ ਉਹ ਅੱਜ ਪੂਰੀ ਦੁਨੀਆ ਦੇ ਵਿੱਚ ਗਵਾਹੀ ਭਰਦਾ ਹੈ ਵੀ ਜਿਹੜੀ ਇਹ ਲਸਾਨੀ ਸ਼ਹਾਦਤ ਜੀ ਪੂਰੇ ਸੰਸਾਰ ਭਰ ਦੇ ਵਿੱਚ ਹੋਈ। ਮੈਨੂੰ ਲੱਗਦਾ ਵੀ ਪੂਰੇ ਦੁਨੀਆ ਭਰ ਦੇ ਵਿੱਚ ਇਹਦੀ ਕੋਈ ਮਿਸਾਲ ਨਹੀਂ। ਬਿਲਕੁਲ, ਵੀ ਇੱਕ ਸਰਬੰਸਦਾਨੀ ਜੀ, ਜੇ ਕਿਤੇ ਕਿਸੇ ਨੂੰ ਕੋਈ ਰੁਤਬਾ ਮਿਲਿਆ ਜੀ ਤਾਂ ਉਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਮਿਲਿਆ ਜੀ, ਵੀ ਜਿਹਨਾਂ ਨੇ ਆਪਣਾ ਪੂਰਾ ਪਰਿਵਾਰ ਜੀ ਵਾਰਨ ਤੋਂ ਬਾਅਦ ਜੀ ਵੀ ਹਿੰਮਤ ਨਹੀਂ ਹਾਰੀ, ਅਤੇ ਜਿਹਨਾਂ ਨੇ ਹਰ ਇੱਕ ਵਿਅਕਤੀ ਨੂੰ, ਆਪਣੇ ਹਰ ਇੱਕ ਸੈਨਿਕ ਨੂੰ ਪਿਆਰ ਕਰਦੇ ਹੋਏ ਸਮੇਂ ਦੀ ਜਿਹੜੀ ਹਕੂਮਤ ਹੈ ਜਬਰ ਅਤੇ ਜ਼ੁਲਮ ਦੇ ਵਿਰੁੱਧ ਜੀ ਲੜਾਈ ਲੜਨ ਦੇ ਲਈ ਇੰਨਾ ਕੁਛ ਵਾਰਨ ਤੋਂ ਬਾਅਦ ਵੀ ਪ੍ਰੇਰਿਤ ਕਰਦੇ ਨੇ। ਮੈਨੂੰ ਲੱਗਦਾ ਵੀ ਸ਼ਾਇਦ ਅੱਜ ਹਰ ਵਿਅਕਤੀ ਉਹ ਦਿਨ ਨੂੰ ਲੈ ਕੇ, ਕੋਈ ਮੈਨੂੰ ਲੱਗਦਾ ਵੀ ਨਹੀਂ ਐਸਾ ਇਨਸਾਨ ਹੋਏਗਾ, ਅਸੀਂ ਮਾਂ ਨਹੀਂ ਹੋਵੇਗੀ
ਜਦੋਂ ਆਪਣੇ ਬੱਚਿਆਂ ਨੂੰ ਜਿੱਦਾਂ ਕਿ ਤੁਸੀਂ ਦੱਸਿਆ ਵੀ ਆਪਣੇ ਬੱਚਿਆਂ ਨੂੰ ਲੈ ਕੇ ਤੁਸੀਂ ਉੱਥੇ ਨਮਸਤਕ ਹੋਏ, ਤਾਂ ਇਹ ਛੋਟੇ ਛੋਟੇ ਬੱਚੇ ਜਦੋਂ ਸਵਾਲ ਪੁੱਛਦੇ ਨੇ ਤਾਂ ਇਹਨਾਂ ਦਾ ਜਵਾਬ ਦੇਣ ਲਈ ਸ਼ਾਇਦ ਜਿਗਰਾ ਚਾਹੀਦਾ, ਬਹੁਤ ਵੱਡਾ ਜਿਗਰਾ ਚਾਹੀਦਾ ਵੀ ਇਹ ਆਪੀ ਉਹਨਾਂ ਦਾ ਕਸੂਰ ਕੀ ਸੀ। ਦੇਖੋ ਤੁਸੀਂ ਦੇਖੋ ਜਦੋਂ ਜਿਗਰੇ ਦੀ ਗੱਲ ਚੱਲਦੀ ਹੈ, ਇਸ ਤੋਂ ਵੱਡਾ ਜਿਗਰਾ, ਇਸ ਤੋਂ ਵੱਡਾ ਜੇਰਾ ਕੀ ਹੋਊਗਾ। ਸਾਡੇ ਬੱਚੇ ਜੇ ਬਾਹਰ ਚਲੇ ਜਾਂਦੇ ਨੇ, ਅਸੀਂ ਉਹਨਾਂ ਨੂੰ ਫੋਨ ਦੇ ਉੱਤੇ ਪੁੱਛਦੇ ਹਾਂ ਕਿੱਥੇ ਗਏ ਹੋ, ਕਦੋਂ ਆਉਂਗੇ। ਸਾਨੂੰ ਪਤਾ ਹੁੰਦਾ ਕਿ ਉੱਥੇ ਗਏ ਨੇ ਅਤੇ ਹੈ ਨਾ, ਸਾਨੂੰ ਫਿਕਰ ਵੀ ਹੁੰਦਾ ਲੇਟ ਹੋ ਗਏ ਹੈ ਨਾ, ਵੀ ਦੇਰ ਨਾਲ ਆਉਣਗੇ। ਪਰ ਇੱਥੇ ਦੇਖੋ, ਇੱਥੇ ਤਾਂ ਪਤਾ ਸੀ ਕਿ ਜਿਸ ਮਿਸ਼ਨ ਦੇ ਉੱਤੇ ਬੱਚਿਆਂ ਨੂੰ ਭੇਜਿਆ ਜਾ ਰਿਹਾ, ਉਸ ਬਾਪ ਨੂੰ ਪਤਾ ਸੀ ਕਿ ਜਿਸ ਮਿਸ਼ਨ 'ਤੇ ਮੈਂ ਭੇਜ ਰਿਹਾ ਉੱਥੇ ਫਿਰ ਵਾਪਸੀ ਦਾ ਕੋਈ ਰਸਤਾ ਨਹੀਂ ਹੈ। ਉਹੀ ਹੋਇਆ। ਅਤੇ ਜੇਰੇ ਦੀ ਗੱਲ ਹੈ ਕਿ ਜਦੋਂ ਪੁੱਛਿਆ ਗਿਆ ਸਾਹਿਬਜ਼ਾਦਿਆਂ ਬਾਰੇ ਕਿ ਮੇਰੇ ਬੱਚੇ ਕਿੱਥੇ ਨੇ, ਉਹਨਾਂ ਦੀਆਂ ਮਾਂ ਵੱਲੋਂ ਪੁੱਛਿਆ ਗਿਆ, ਤਾਂ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਕਿ ਸੰਗਤ ਵੱਲ ਇਸ਼ਾਰਾ ਕਰਕੇ ਕਿ ਇਨ ਪੁੱਤਰਨ ਕੇ ਸੀਸ ਪਰ ਬਾਰ ਦੀ ਸੁੱਤ ਚਾਰ, ਚਾਰ ਮੂਹੇ ਤੋਂ ਕਿਆ ਹੋਇਆ ਜਬ ਜੀਵਤ ਕਹੀ ਹੈ। ਅਤੇ ਇਹ ਜੀਰਾ, ਤੁਹਾਡੀ ਗੱਲ ਠੀਕ ਹੈ, ਉਸ ਵੇਲੇ ਦੇ ਸਰਕਾਰਾਂ ਦੇ ਅੱਤਿਆਚਾਰ ਦੇ ਨਾਲ ਲੜਦੇ ਵਿਰਲੇ ਹੀ ਹੁੰਦੇ ਨੇ, ਜਿਹੜੇ ਜ਼ੁਲਮ ਦੇ ਖਿਲਾਫ ਤਲਵਾਰ ਉਠਾਉਣ ਦਾ ਹੌਸਲਾ ਕਰਦੇ ਨੇ, ਅਤੇ ਉਹ ਵਿਰਲਿਆਂ ਦੇ ਜਿਹੜੇ ਸਿਰਮੌਰ ਸੀ ਜਿਨ੍ਹਾਂ ਨੇ ਕੌਮ ਨੂੰ, ਸੁੱਤੀ ਕੌਮ ਨੂੰ ਜਗਾ ਕੇ ਇੱਕ ਅਣਖੀ ਕੌਮ ਦੀ ਸਿਰਜਣਾ ਕੀਤੀ, ਉਹ ਸਨ ਸਾਹਿਬ ਸ਼੍ਰੀ ਸਾਹਿਬ ਕਮਾਲ ਸ਼੍ਰੀ ਗੁਰੂ ਗੋਬਿੰਦ ਸਿੰਘ। ਬਿਲਕੁਲ ਕੁੰਮਰ ਸਾਹਿਬ, ਦੇਖੋ ਇੱਕ ਛੋਟੀ ਜਿਹੀ ਉਮਰ, 7 ਸਾਲ ਅਤੇ 9 ਸਾਲ ਦੀ ਉਮਰ ਜੀ, ਜਦੋਂ ਕਿ ਇੱਕ ਬੱਚੇ ਦਾ ਮਾਨਸਿਕ ਵਿਕਾਸ ਹੋਇਆ ਨਹੀਂ, ਲੇਕਿਨ ਉਹਨਾਂ ਨੂੰ ਪਰਮਾਤਮਾ ਨੇ ਇੱਕ ਜਿਹੜਾ ਹੈਗਾ ਅਦੁੱਤਾ ਗਿਆਨ ਜੀ, ਆਤਮ ਗਿਆਨ, ਉਸ ਇੱਕ ਮਹਾਨ ਪਿਓ ਦੀ ਜਿਹੜੀ ਗੁੜਤੀ ਉਹਨਾਂ ਨੂੰ ਬੱਚਿਆਂ ਨੂੰ ਮਿਲੀ ਜੀ, ਤਾਂ ਕਿੱਦਾਂ ਉਹਨਾਂ ਬੱਚਿਆਂ ਨੇ ਧਰਮ ਦੀ ਖਾਤਰ ਜੀ ਈਨ ਜਿਹੜੀ ਹੈਗੀ ਨਾ ਮੰਨਦੇ ਹੋਏ ਨਾ ਮੰਨੇ, ਆਪਣੇ ਆਪ ਨੂੰ ਜਿਹੜਾ ਹੈਗਾ ਉਹ ਕੌਮ ਲਈ, ਆਪਣੇ ਪਰਿਵਾਰ ਲਈ, ਪੂਰੀ ਮਨੁੱਖਤਾ ਲਈ, ਸੰਸਾਰ ਦੇ ਲਈ ਸ਼ਹੀਦ ਕਰ ਲਈ, ਆਪਣੇ ਆਪ ਨੂੰ ਝੋਕ ਦਿੱਤਾ। ਜੇਕਰ ਮੈਂ ਅੱਜ ਦੇ ਬੱਚਿਆਂ ਦੀ ਗੱਲ ਕਰਾਂ ਤਾਂ ਤੁਸੀਂ ਇੱਕ ਟੌਫੀ ਲਈ, ਇੱਕ ਬਰਗਰ ਲਈ, ਇੱਕ ਛੋਟੇ ਜਿਹੇ ਟੂਰ ਦੇ ਲਈ ਆਪਣੇ ਬੱਚਿਆਂ ਨੂੰ ਤੁਸੀਂ ਕੁਛ ਵੀ ਕਰਾ ਸਕਦੇ ਹੋ। ਜੇ ਅਸੀਂ ਵੇਖਦੇ ਹਾਂ ਕਿ ਇਸ ਤਰ੍ਹਾਂ ਦੇ ਧਰਮ ਪਰਿਵਰਤਨ ਦੇ ਬੜੇ ਕੇਸ ਸਾਹਮਣੇ ਆ ਰਹੇ ਨੇ, ਹੈ ਨਾ, ਅਤੇ ਸਾਡੇ ਪੰਜਾਬ ਦੇ ਵਿੱਚ ਤਾਂ ਪਤਾ ਨਹੀਂ ਕਿਸ ਤਰ੍ਹਾਂ ਦੀ ਹਨੇਰੀ ਚੱਲੀ ਹੋਈ ਹੈ, ਜੋ ਸਾਡਾ ਸਰਮਾਇਆ ਹੈ, ਜੋ ਕੌਮ ਦਾ, ਉਸਨੂੰ ਸੰਭਾਲ ਕੇ ਰੱਖਣ ਵਿੱਚ ਪਤਾ ਨਹੀਂ ਕਿਉਂ ਅਸੀਂ ਨਾਕਾਮਯਾਬ ਹੁੰਦੇ ਰਹੇ ਹਾਂ, ਇਹਦੇ ਬਾਰੇ ਵੀ ਕਦੇ ਚਰਚਾ ਚੱਲੇਗੀ। ਅਤੇ ਤੁਸੀਂ ਗੱਲ ਇਹ ਦੇਖੋ ਕਿ ਜਦੋਂ ਸੂਬੇ ਨੇ ਕਿਹਾ, ਸਰਹੰਦ ਨੇ ਸੂਬੇ ਨੇ ਕਿਹਾ ਕਿ ਤੁਹਾਡੀ ਜਾਨ ਬਚ ਜਾਏਗੀ ਜੇ ਤੁਸੀਂ ਦੀਨ ਕਬੂਲ ਕਰ ਲਓ, ਲੇਕਿਨ ਡੋਲੇ ਨਹੀਂ। ਉਹਨਾਂ ਨੇ ਕਿਹਾ, ਪੁੱਛਿਆ ਮੋੜਵਾ ਕਿ ਜੇ ਅਸੀਂ ਦੀਨ ਕਬੂਲ ਕਰ ਲਈਏ ਫਿਰ ਮਰਾਂਗੇ ਤਾਂ ਨਹੀਂ, ਮਰਾਂਗੇ ਤਾਂ ਨਹੀਂ। ਉਸ ਗੱਲ ਦਾ ਜਵਾਬ ਕਿਸੇ ਕੋਲ ਨਹੀਂ ਸੀ ਕਿ ਦੀਨ ਕਬੂਲ ਕਰਕੇ ਤੁਸੀਂ ਅਮਰ ਨਹੀਂ ਹੋ ਜਾਓਗੇ। ਤਾਂ ਉਹਨਾਂ ਨੇ ਕਿਹਾ ਫਿਰ ਆਪਣੇ ਧਰਮ ਦੀ ਰਾਖੀ ਦੇ ਲਈ ਸ਼ਹੀਦ ਹੋ ਜਾਣ ਦੇ ਵਿੱਚ ਕੋਈ ਹਰਜ ਨਹੀਂ। ਬਹੁਤ ਵੱਡੀ ਗੱਲ ਸੀ ਇਹ ਉਮਰ, ਇਹ ਜਜ਼ਬਾ, ਇਹ ਵਿਚਾਰ। ਬਿਲਕੁਲ, ਕਿਉਂਕਿ ਦੇਖੋ ਅੱਜ ਫਤਿਹਗੜ੍ਹ ਸਾਹਿਬ ਦਾ ਜਿਹੜਾ ਹੈਗਾ ਇਤਿਹਾਸਕ ਜਿਹੜਾ ਹੈਗਾ ਜੋੜ ਮੇਲਾ, ਸ਼ਹੀਦੀ ਜੋੜ ਮੇਲਾ ਚੱਲ ਰਿਹਾ ਜੀ, ਲੱਖਾਂ ਜਿਹੜੀਆਂ ਸੰਗਤਾਂ ਨੇ ਉਹ ਨਮਸਤਕ ਹੋਣ ਜਾ ਰਹੀਆਂ ਉੱਤੇ ਤਾਂ। ਲੇਕਿਨ ਮੈਨੂੰ ਲੱਗਦਾ ਜਦੋਂ ਸ਼ਹੀਦ ਹੋਣ ਤੋਂ ਪਹਿਲਾਂ ਵੀ ਕੋਮਲ ਸਾਹਿਬ ਇਤਿਹਾਸ ਵਿੱਚ ਉਹਨਾਂ ਦੇ ਸ਼ਬਦ ਨੇ ਵੀ ਜਦ ਤੱਕ ਇਹ ਦੁਨੀਆ ਰਹੇਗੀ ਜੀ, ਇਹ ਸੰਸਾਰ ਰਹੇਗਾ, ਵੀ ਦੁਨੀਆ ਦਾ ਜਿਹੜਾ ਇਹ ਸ਼ਹੀਦੀ ਜੋੜ ਮੇਲੇ 'ਤੇ ਨਮਸਤਕ ਹੋਣਾ ਲਗਾਤਾਰ ਲੱਖਾਂ 'ਚ ਨਹੀਂ ਕਰੋੜਾਂ ਵਿੱਚ ਹੀ ਜਾਰੀ ਰਹੇਗਾ ਜੀ। ਅੱਜ ਉਹ ਮਿਸਾਲ ਸਾਡੇ ਸਾਹਮਣੇ ਹੈ, ਜਦੋਂ ਵੀ ਦਿਨ ਆਉਂਦਾ ਹੈ, ਇਕੱਲੇ ਭਾਰਤ ਨਹੀਂ ਪੂਰੀ ਦੁਨੀਆ ਵਿੱਚੋਂ, ਵਿਦੇਸ਼ਾਂ ਵਿੱਚੋਂ, ਮੈਂ ਕਹਿੰਦਾ ਇਕੱਲਾ ਸਿੱਖ ਧਰਮ ਨਹੀਂ ਜੀ, ਬਲਕਿ ਕਿ ਹਰ ਵਰਗ, ਹਰ ਧਰਮ, ਚਾਹੇ ਉਹ ਈਸਾਈ ਹੈ, ਚਾਹੇ ਉਹ ਮੁਸਲਮਾਨ ਹੈ, ਕੋਈ ਵੀ ਵਰਗ ਹੈ, ਤਾਂ ਇਸ ਦਿਨ ਨੂੰ ਨਮਸਤਕ ਹੋ ਕੇ ਸ਼ਾਇਦ ਹਰੇਕ ਦੇਣੇ ਵੱਲੋਂ ਦੇਣੇ ਅੰਦਰੋਂ ਜੀ ਉਹ ਇੰਨੇ ਕੁ ਮਤਲਬ ਵੀ ਹੋ ਜਾਂਦੇ ਨੇ ਵੀ ਇੱਕ ਹੰਝੂ ਹਰ ਮਨੁੱਖ ਦੇ ਮਨ ਵਿੱਚੋਂ ਆਉਂਦੇ ਨੇ ਵੀ ਇਹ ਇੱਕ ਮੰਦਭਾਗੀ ਘਟਨਾ ਜਿਹੜੀ ਇਹ ਉਸ ਦਿਨ ਦਿਹਾੜੇ ਵਿੱਚ ਹੋਈ ਅਤੇ ਇੱਕ ਛੋਟੇ ਛੋਟੇ ਬੱਚਿਆਂ ਨੂੰ ਸ਼ਹੀਦ ਕਰਕੇ ਜਿਹੜਾ ਸਮਾਜ ਦੇ ਵਿੱਚ ਜਿਹੜਾ ਕਲੰਕ ਹੈ ਉਹ ਸਮੇਂ ਦੇ ਵਜ਼ੀਰ ਨੇ ਲਿਆ, ਉਹ ਅੱਜ ਇਤਿਹਾਸ ਦੇ ਪੰਨਿਆਂ ਦੇ ਵਿੱਚ ਦੁਰਕਾਰਿਆ ਜਾ ਰਿਹਾ। ਦੇਖੋ
ਹੁਣ ਕਿੰਨੀ ਸਰਦੀ ਹੈ ਇਹਨਾਂ ਦਿਨਾਂ ਦੇ ਵਿੱਚ, ਆਪਾਂ ਵੀ ਗਰਮ ਕੱਪੜੇ ਪਾ ਕੇ ਬੈਠੇ ਹਾਂ, ਪਰ ਉਹਨਾਂ ਬੱਚਿਆਂ ਬਾਰੇ ਕਲਪਨਾ ਕਰੋ ਜਿਹੜੇ ਠੰਡੇ ਬੁਰਜ ਦੇ ਉੱਤੇ ਮਾਤਾ ਗੁਜਰੀ ਦੇ ਨਾਲ ਇਸ ਮੌਸਮ ਦੇ ਵਿੱਚ, ਔਰ ਉੱਥੋਂ ਨਦੀ ਵੀ ਵਗਦੀ ਸੀ ਕਹਿੰਦੇ ਕੋਈ ਪਾਣੀ ਦੀ, ਅਤੇ ਇਸ ਤਰ੍ਹਾਂ ਦੇ ਮੌਸਮ ਦੇ ਵਿੱਚ ਪਹਿਲਾਂ ਤਾਂ ਉਹਨਾਂ ਨੂੰ ਇਸ ਤਰ੍ਹਾਂ ਦੇ ਤਸੀਹੇ ਦਿੱਤੇ ਜਾਂਦੇ ਨੇ, ਉਹਨਾਂ ਨੂੰ ਦੁੱਧ ਤੱਕ ਨਹੀਂ ਦੇਣ ਦਿੱਤਾ ਜਾਂਦਾ, ਉਹਨਾਂ ਨੂੰ ਭੁੱਖੇ ਰੱਖਿਆ ਜਾਂਦਾ, ਔਰ ਫਿਰ ਵੀ ਉਹਨਾਂ ਦਾ ਜਿਹੜਾ ਸਿਦਕ ਸੀ ਉਹ ਡੋਲਿਆ ਨੇ। ਬਿਲਕੁਲ ਕੋਮਲ ਸਾਹਿਬ ਜੀ, ਮੈਂ ਮੁਗਲ ਸਮਰਾਜ ਦੇ ਅੱਤਿਆਚਾਰਾਂ ਦੀ ਗੱਲ ਕਰਾਂ ਜੀ, ਤਾਂ ਉਹਨਾਂ ਦੇ ਅੱਤਿਆਚਾਰਾਂ ਦੇ ਜਿਹੜੇ ਢੰਗ ਬੜੇ ਨਵੇਕਲੇ ਸਨ ਜੀ, ਸਰੀਰ ਦੇ ਉੱਤੇ ਇਹੋ ਜਿਹੇ ਤਸ਼ੱਦਦ ਕੀਤੇ ਜਾਂਦੇ ਸਨ। ਆਪਾਂ ਇਤਿਹਾਸ, ਸਿੱਖ ਧਰਮ ਦਾ ਇਤਿਹਾਸ ਪੜ੍ਹਦੇ ਹਾਂ, ਚੱਕਰੀਆਂ ਦੇ ਚੜਾਏ ਗਏ, ਬੰਦ ਕਟਾਏ ਗਏ, ਖੋਪੜੀਆਂ ਲਵਾਈਆਂ ਗਈਆਂ, ਤਾਂ ਮੈਨੂੰ ਲੱਗਦਾ ਛੋਟੇ ਛੋਟੇ ਬੱਚਿਆਂ ਨੂੰ ਆਸਮਾਨ ਤੇ ਸੁੱਟ ਕੇ, ਬੱਚੇ ਸਿੰਘਣੀਆਂ ਤੋਂ ਬੱਚੇ ਖੋ ਕੇ ਤਾਂ ਨੇਜਿਆਂ ਦੇ ਉੱਪਰ ਟੰਗੇ ਜਾਂਦੇ ਸਨ। ਬਿਲਕੁਲ, ਮੈਨੂੰ ਲੱਗਦਾ ਵੀ ਸ਼ਾਇਦ ਕੋਮਲ ਸਾਹਿਬ ਉਸ ਸਮੇਂ ਦੇ ਵਿੱਚ ਕੋਈ ਮੋਬਾਈਲ, ਇਹ ਟੈਕਨੋਲੋਜੀ ਹੁੰਦੀ, ਕਿਸੇ ਵਿਅਕਤੀ ਨੇ ਫੋਟੋ ਖਿੱਚੀ ਹੁੰਦੀ ਤੇ ਸਾਰੀ ਦੁਨੀਆ ਵੇਖਦੀ ਵੀ ਇੱਕ ਬੱਚੇ ਨੂੰ ਉੱਪਰ ਸੁੱਟ ਕੇ ਨੇਜੇ ਦੇ ਉੱਪਰ ਜਿਹੜਾ ਕਿ ਟੰਗ ਦਿੱਤਾ ਜਾਂਦਾ ਸੀ, ਤਾਂ ਸ਼ਾਇਦ ਉਹ ਅੱਜ ਦੁਨੀਆ ਦੇ ਵਿੱਚ ਉਹ ਸ਼ਰਮਨਾਕ ਆ ਰਹਾ, ਉਹ ਪਿੱਕ ਕੋਈ ਦੁਨੀਆ ਨਹੀਂ ਵੇਖ ਸਕਦੀ। ਅੱਜ ਵੀ ਮੈਂ ਦੇਖ ਰਿਹਾ ਪਲਾਸਾਂ ਦੇ ਨਾਲ, ਜਮੂਰਾਂ ਦੇ ਨਾਲ ਬੰਦ ਕਟਵਾਏ ਜਾਂਦੇ ਸੀ, ਮੁਸਲਮਾਨਾਂ ਵੱਲੋਂ ਜਿਹੜਾ ਹੈਗਾ ਅੱਜ ਵੀ ਅੱਤਿਆਚਾਰ ਦੇ ਤਰੀਕੇ, ਅੱਜ ਵੀ ਅਸੀਂ ਟੈਕਨੋਲੋਜੀ ਦਾ ਰਾਹ ਦੇਖ ਰਹੇ ਹਾਂ ਵੀ ਕਈ ਵਾਰੀ ਵਿਅਕਤੀਆਂ ਨੂੰ ਗੋਲੀਆਂ ਮਾਰੀਆਂ ਜਾ ਰਹੀਆਂ ਨੇ, ਜਾਂ ਉਹਨਾਂ ਨੂੰ JCB ਮਸ਼ੀਨ ਦੇ ਰਾਹੀਂ ਪਾਣੀ ਦੇ ਵਿੱਚ ਡੁਬੋ ਕੇ ਮਾਰਿਆ ਜਾ ਰਿਹਾ। ਠੀਕ ਹੈ, ਅੱਤਿਆਚਾਰ ਕਰਨ ਦੇ ਤਰੀਕੇ ਪੁਰਾਣੇ ਨੇ, ਲੇਕਿਨ ਟੈਕਨੋਲੋਜੀ ਦੇ ਜ਼ਰੀਏ ਦਰਸਾਏ ਜਾ ਰਹੇ ਨੇ। ਕਾਸ਼ ਜੇ ਉਸ ਸਮੇਂ ਟੈਕਨੋਲੋਜੀ ਹੁੰਦੀ ਤਾਂ ਮੈਨੂੰ ਲੱਗਦਾ ਵੀ ਅੱਜ ਪੂਰੀ ਦੁਨੀਆ ਰੋ ਰੋ ਕੇ ਧਰਤੀ ਹੰਝੂਆਂ ਦੇ ਨਾਲ ਭਿੱਜ ਜਾਂਦੀ। ਬਹੁਤ ਕਹਿਰ ਦੇ ਦਿਨ ਸੀ, ਔਰ ਬਹੁਤ ਹੀ ਜ਼ਾਲਮਾਨਾ ਤਰੀਕੇ ਦੇ ਨਾਲ ਜਿਹੜੇ ਉਸ ਵੇਲੇ ਦੇ ਮੁਸਲਿਮ ਸ਼ਾਸਕ ਸਨ, ਉਹਨਾਂ ਨੇ ਹਰ ਉਹ ਵਿਅਕਤੀ ਜਿਹਨੇ ਜ਼ੁਲਮ ਦੇ ਖਿਲਾਫ ਆਵਾਜ਼ ਉਠਾਈ ਉਹਨੂੰ ਕੋਹ ਕੇ ਮਾਰਿਆ। ਇਹ ਗੱਲ ਤੁਹਾਡੀ ਬਿਲਕੁਲ, ਮੈਂ ਇਸ ਗੱਲ ਦੇ ਨਾਲ ਇਤਫਾਕ ਰੱਖਦਾ ਕਿ ਬੇਹੱਦ ਜ਼ਾਲਮ ਉਸ ਵੇਲੇ ਜੇ ਅਸੀਂ ਗਿਣੀਏ ਤਾਂ ਇਹ ਜਿਹੜੇ ਬਾਦਸ਼ਾਹ ਸੀਗੇ ਉਸ ਵੇਲੇ ਦੇ ਮੁਸਲਿਮ ਬਾਦਸ਼ਾਹ, ਇਹ ਬੇਹੱਦ ਜ਼ਾਲਮ ਸਨ। ਬਿਲਕੁਲ, ਕੋਈ ਦੋ ਰਾਏ ਨਹੀਂ। ਦੇਖੋ, ਆਪਾਂ ਜੇ ਗੱਲ ਕਰੀਏ ਸ਼੍ਰੀ ਗੁਰੂ ਗੋਬਿੰਦ ਸਿੰਘ ਤੋਂ ਬਾਅਦ ਜਦੋਂ ਦੇ ਪਰਿਵਾਰ ਦਾ ਜਿਹੜੀ ਸਾਰੀ ਸ਼ਹੀਦੀਆਂ ਪਾ ਜਾਂਦੇ ਨੇ, ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜਿਹੜਾ ਹੈਗਾ ਮਾਧੋ ਦਾਸ, ਉਹਨਾਂ ਨੂੰ ਪਤਾ ਸੀ ਵੀ ਉਹਨੂੰ ਬੰਦਾ ਬਹਾਦਰ ਦਾ ਨਾਮ ਦਿੱਤਾ ਕਿਉਂਕਿ ਉਹ ਗਿਆਨ ਸਨ, ਉਹਨਾਂ ਨੂੰ ਇੱਕ ਆਤਮ ਗਿਆਨ ਸੀ, ਤਾਂ ਉਹਨਾਂ ਨੇ ਬੰਦੇ ਬਹਾਦਰ ਨੂੰ ਜਿਹੜਾ ਹੈਗਾ ਮੁਸਲਮਾਨਾਂ ਦੇ ਵਿਰੁੱਧ ਲੜਾਈ ਲੜਨ ਦੇ ਲਈ ਤੋਰਿਆ, ਤਾਂ ਬੰਦੇ ਬਹਾਦਰ ਨੇ ਆਪਣੀ ਇੱਕ ਫੌਜ ਜਿਹੜੀ ਹੈਗੀ ਤਿਆਰ ਕੀਤੀ, ਲੇਕਿਨ ਸਮੇਂ ਦੀ ਜਿਹੜੀ ਹਕੂਮਤ ਹੈ ਉਸ ਸਮੇਂ ਦੀ ਫਰਕਸ਼ੀਆ ਬਹਾਦਰ ਸ਼ਾਹ ਵਰਗੇ ਬੜੇ ਹੀ ਜ਼ਾਲਮ ਜਿਹੜੇ ਮੁਗਲ ਸੈਨਿਕ, ਉਹਨਾਂ ਦੇ ਨਾਲ ਬੰਦਾ ਬਹਾਦਰ ਨੇ ਲੜਾਈ ਲੜੀ। ਅੱਜ ਇਤਿਹਾਸ ਜਿਹੜੇ ਚਿੰਨ੍ਹ ਨੇ, ਜੇ ਮੈਂ ਗੱਲ ਕਰਾਂ ਤੁਹਾਨੂੰ, ਮੈਂ ਸਮਾਣਾ ਦੀ ਗੱਲ ਕਰਾਂ, ਸਰਹੱਦ ਦੀ ਗੱਲਾਂ ਕਰਾਂ, ਸਢੌਰੇ ਦੀ ਗੱਲ ਕਰਾਂ, ਗੁਰਦਾਸ ਨੰਗਲ ਦੀ ਲੜਾਈ ਦੀ ਗੱਲ ਕਰਾਂ, ਤਾਂ ਬੰਦੇ ਬਹਾਦਰ ਦੇ ਉੱਪਰ ਵੀ ਐਡਾ ਵੱਡਾ ਇੱਕ ਤਸ਼ੱਦਦ ਅਤੇ ਜੁਰਮ ਹੋਇਆ। ਬੰਦੇ ਬਹਾਦਰ ਦੇ ਬੱਚੇ ਨੂੰ, ਛੋਟੇ ਜਿਹੇ ਬੱਚੇ ਨੂੰ, ਅਜੇ ਸਿੰਘ ਨੂੰ, ਜਿਹਨੂੰ ਉਹਦਾ ਦਿਲ ਕੱਢ ਕੇ ਬੰਦੇ ਬਹਾਦਰ ਦੇ ਮੂੰਹ ਦੇ ਵਿੱਚ ਪਾਇਆ ਗਿਆ। ਬੰਦੇ ਬਹਾਦਰ ਦਾ ਕੋਮਲ ਸਾਹਿਬ ਇੰਨਾ ਖੌਫ ਸੀ ਵੀ ਹਾਥੀ 'ਤੇ ਬਿਠਾ ਕੇ ਉਹਨੂੰ ਇੱਕ ਪਿੰਜਰੇ ਜਾਲ ਦੇ ਵਿੱਚ, ਪਿੰਜਰੇ ਦੇ ਵਿੱਚ ਬਿਠਾ ਕੇ ਨਾਲ 200-400 ਸੈਨਿਕਾਂ ਨੂੰ ਨਾਲ ਨਾਲ ਤੋਰਿਆ ਜਾਂਦਾ ਸੀ ਕਿ ਬੰਦਾ ਬਹਾਦਰ ਕਿਤੇ ਮੱਖੀ ਬਣ ਕੇ ਵੀ ਬਾਹਰ ਨਾ ਆ ਜਾਵੇ। ਇਹ ਜਿਹੇ ਤਸ਼ੱਦਦ ਅਤੇ ਜੁਰਮ ਕਰਕੇ ਪੂਰੀ ਦੁਨੀਆ ਦੇ ਵਿੱਚ ਬੰਦੇ ਬਹਾਦਰ ਨੂੰ ਦਿਖਾਇਆ ਗਿਆ, ਬਾਜ਼ਾਰਾਂ 'ਚ ਤੋਰਿਆ ਗਿਆ, ਉਹਦਾ ਖੌਫ ਖਤਮ ਕਰਦੇ ਲੋਕਾਂ ਨੂੰ ਦਿਖਾਇਆ ਗਿਆ ਵੀ ਇਹੀ ਉਹ ਬੰਦਾ ਬਹਾਦਰ ਸੀ ਜਿਹਦੇ ਨਾਂ 'ਤੇ ਲੋਕ ਡਰ ਜਾਂਦੇ ਸੀ। ਤਾਂ ਬੰਦੇ ਬਹਾਦਰ ਨੇ ਜਿਹੜੀਆਂ ਲੜਾਈਆਂ ਲੜੀਆਂ, ਕਿਉਂਕਿ ਉਹਨਾਂ ਨੂੰ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਆਸ਼ੀਰਵਾਦ ਸੀ। ਅੱਜ ਵੀ ਇਤਿਹਾਸ ਦੇ ਪੰਨੇ ਗਵਾਹ ਨੇ ਵੀ ਉਹਨਾਂ ਨੇ ਜੋ ਕੁਰਬਾਨੀਆਂ ਕੀਤੀਆਂ, ਜੋ ਲੜਾਈਆਂ ਲੜੀਆਂ, ਉਹ ਮਨੁੱਖਤਾ ਦੇ ਲਈ ਲੜੀਆਂ ਨੇ। ਅਤੇ ਵੇਖੋ ਤੁਸੀਂ, ਸਰਸਾ ਨਦੀ ਦੇ ਕਿਨਾਰੇ ਹੋਏ ਯੁੱਧ ਦੇ ਵਿੱਚ ਜਦੋਂ, ਫਿਰ ਜਦੋਂ ਪਰਿਵਾਰ ਵਿਛੋੜਾ ਹੁੰਦਾ, ਅਤੇ ਉਸ ਵੇਲੇ ਦੀ ਤੁਸੀਂ ਦੇਖੋ ਕਿਸ ਤਰ੍ਹਾਂ ਦੀ ਹਾਲਾਤ ਉਹਨਾਂ ਦੇ ਦਿਲ ਪੁੱਛੇ ਜਾਣੀਦੇ ਨੇ। ਇੱਕ ਮਿਸ਼ਨ ਸੀ, ਇੱਕ ਜ਼ੁਲਮ ਦੇ ਖਿਲਾਫ ਲੜਾਈ ਸੀ, ਉਸ 'ਤੇ ਉਹਦਾ ਜਿਹੜਾ ਸਿਲਸਿਲਾ ਚੱਲ ਪਿਆ, ਇਹਦੇ ਵਿੱਚ ਫਿਰ ਸਾਰਾ ਪਰਿਵਾਰ ਖਤਮ ਹੋਇਆ। ਔਰ ਤੁਸੀਂ ਇਹ ਵੇਖੋ, ਅੱਜ ਕਿਤੇ ਵੀ
ਦੇਖੋ ਕੋਈ ਤਾਂ ਲੜਾਈ ਲੜਦਾ ਹੈ, ਜਿਹੜੇ ਪਹਿਲੇ ਜ਼ਾਲਮ ਇੱਥੇ ਆਏ ਨੇ ਮੁਸਲਿਮ ਬਾਦਸ਼ਾਹ, ਕਿਸੇ ਨੇ ਲੜਾਈ ਕੋਈ ਲੁੱਟ ਕੇ ਲੈ ਗਏ, ਮੰਦਰ ਲੁੱਟ ਲਏ, ਸੋਨਾ ਲੁੱਟ ਲਿਆ ਹਿੰਦੁਸਤਾਨ ਦਾ, ਪੈਸਾ ਲੁੱਟ ਲਿਆ, ਧਰਮ ਪਰਿਵਰਤਨ ਕੀਤੇ, ਪਰ ਇੱਥੇ ਲੜਾਈ ਬੜੀ ਵਿਲੱਖਣ ਬੜੀ ਅਦੁੱਤੀ ਲੜਾਈ ਸੀ। ਨਾ ਕੋਈ ਪੈਸਾ ਲੁੱਟਣ ਦੀ ਲੜਾਈ, ਨਾ ਕੋਈ ਧਰਮ ਪਰਿਵਰਤਨ ਦੀ ਲੜਾਈ, ਸਗੋਂ ਜਿਹੜੇ ਧਰਮ ਪਰਿਵਰਤਨ ਕਰਦੇ ਸੀ ਉਹਨਾਂ ਦੇ ਖਿਲਾਫ ਲੜਾਈ। ਔਰ ਕਮਾਲ ਦੀ ਗੱਲ ਦੇਖੋ ਕਿ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਂ ਦੇ ਉੱਤੇ ਮਾਲ ਮਹਿਕਮੇ ਦਾ ਰਿਕਾਰਡ ਕੱਢ ਕੇ ਦੇਖ ਲਓ ਕਿ ਇਹਨਾਂ ਦੇ ਜਾਂ ਇਹਨਾਂ ਦੇ ਕਿਸੇ ਪਰਿਵਾਰ ਦੇ ਮੈਂਬਰ ਦੇ ਨਾਂ ਦੇ ਉੱਤੇ ਕੋਈ ਜ਼ਮੀਨ ਬੋਲਦੀ ਹੋਵੇ, ਬਿਲਕੁਲ ਕੋਈ ਜ਼ਮੀਨ ਬੋਲਦੀ ਹੋਵੇ। ਹਾਲਾਂਕਿ ਜਿੰਨੇ ਗੁਰਦੁਆਰਾ ਸਾਹਿਬ ਨੇ ਜਿੰਨੇ ਨੇ ਸਾਰੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਹੀ ਨੇ। ਬਿਲਕੁਲ, ਮੈਂ ਕੁੰਭਲ ਸਾਹਿਬ ਤੁਹਾਨੂੰ ਗੱਲ ਦੱਸਣਾ ਚਾਹਾਂਗਾ ਵੀ ਜਦੋਂ ਸਿੱਖ ਧਰਮ ਦਾ ਜਿਹੜਾ ਮੁੱਢ ਬੰਨਿਆ ਸੀ ਸ਼੍ਰੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਅਤੇ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਤੱਕ, ਬਾਬਰ ਤੋਂ ਲੈ ਕੇ ਜਿਹੜੇ ਕਿ ਸ਼ਾਹਜਹਾਂ ਦੇ ਨਾਲ ਸੰਬੰਧ ਜਿਹੜੇ ਨੇ ਬਹੁਤ ਚੰਗੇ ਰਹੇ, ਤਾਂ ਫਿਰ ਗੁਰੂ ਹਰਗੋਬਿੰਦ ਸਾਹਿਬ ਦਾ ਸਮਾਂ ਆਇਆ, ਉਹਨਾਂ ਨੇ ਜਦੋਂ ਸ਼੍ਰੀ ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦ ਕੀਤਾ ਜਾ ਰਿਹਾ ਤਾਂ ਉਹਨਾਂ ਦੇ ਇੱਕ ਸ਼ਬਦ ਸਨ, ਗੋ ਯੂ ਟੈਲ ਮਾਈ ਸਨ ਆਫਟਰ ਮਾਈ ਡੈਥ, ਕਹਿੰਦਾ ਜਾਓ ਅਤੇ ਜਾ ਕੇ ਮੇਰੇ ਪੁੱਤਰ ਹਰਗੋਬਿੰਦ ਨੂੰ ਕਹਿ ਦਿਓ ਵੀ ਹੁਣ ਸ਼ਸਤਰਧਾਰੀ ਬਣਨਾ ਹੀ ਪਵੇਗਾ, ਸਾਨੂੰ ਆਪਣੇ ਆਪ 'ਚ ਪਰਿਵਰਤਨ ਕਰਨਾ ਹੀ ਪਵੇਗਾ। ਤਾਂ ਫਿਰ ਗੁਰੂ ਹਰਗੋਬਿੰਦ ਜੀ ਨੇ ਮੀਰੀ ਅਤੇ ਪੀਰੀ ਦੀਆਂ ਦੋ ਤਲਵਾਰਾਂ ਧਾਰਨ ਕੀਤੀਆਂ। ਉਸ ਤੋਂ ਬਾਅਦ ਗੁਰੂ ਹਰ ਰਾਏ ਜੀ ਆਏ, ਫਿਰ ਹਰਕਿਸ਼ਨ ਦਾ ਸਮਾਂ ਆਇਆ, ਉਸ ਤੋਂ ਬਾਅਦ ਗੁਰੂ ਤੇਗ ਬਹਾਦਰ ਦੀ ਸ਼ਹੀਦੀ ਹੋਈ, ਤਾਂ ਉਸ ਤੋਂ ਬਾਅਦ ਵਿਕਰਮ ਜੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਜੀਵਨ ਨੂੰ ਤਬਦੀਲ ਕਰਦੇ ਹੋਏ ਖਾਲਸਾ ਪੰਥ ਦੀ ਸਾਜਨਾ ਕੀਤੀ। ਸੋ ਗੱਲ ਚੱਲ ਰਹੀ ਹੈ ਕਿ ਫਤਿਹਗੜ੍ਹ ਸਾਹਿਬ ਦੇ ਵਿੱਚ ਜਿਹੜਾ ਜੋੜ ਜਿਹੜਾ ਆਪਣੇ ਸ਼ਹੀਦੀ ਮੇਲਾ ਹੈ, ਅਤੇ ਇਹਦੀ ਗੱਲ ਚੱਲ ਰਹੀ ਹੈ, ਆਪਾਂ ਸ਼ਹਾਦਤ ਬਾਰੇ ਗੱਲ ਕਰ ਰਹੇ ਹਾਂ ਸਾਹਿਬਜ਼ਾਦਿਆਂ ਦੀ ਬਾਰੇ, ਅਤੇ ਇੱਥੇ ਤੁਸੀਂ ਇਹ ਵੇਖੋ ਕਿ ਸਾਹਿਬਜ਼ਾਦਿਆਂ ਨੂੰ ਜੇ ਕਿਸੇ ਨੇ ਉਸ ਵੇਲੇ ਇੰਨਾ ਜ਼ੁਲਮ ਸੀ, ਜੇ ਕਿਸੇ ਨੇ ਦੁੱਧ ਵੀ ਪਿਆਉਣ ਦੀ ਕੋਸ਼ਿਸ਼ ਕੀਤੀ ਤਾਂ ਉਸਨੂੰ ਪਰਿਵਾਰ ਸਮੇਤ ਕੁੱਲੂ ਵਿੱਚ ਪੀੜ ਦਿੱਤਾ ਗਿਆ। ਹਿਸਟਰੀ ਹੈ, ਕੋਈ ਦੋ ਰਾਏ ਨਹੀਂ ਕੋਮਲ ਸਾਹਿਬ, ਕਿਉਂਕਿ ਮੁਗਲ ਜਿਹੜੀ ਸੈਨਿਕਾਂ ਦੀ ਨਸ਼ਰ ਜਾਨੀ, ਉਹਨਾਂ ਦੇ ਗੁਪਚਰ, ਉਹ ਇੰਨੇ ਕੁ ਮਤਲਬ ਵੀ ਉਹਨਾਂ ਦੇ ਸਾਊਂਡ ਸਨ, ਉਹਨਾਂ ਦਾ ਨੈਟਵਰਕ ਉਸ ਸਮੇਂ ਦੇ ਵਿੱਚ ਇੰਨਾ ਕੁ ਜ਼ਬਰਦਸਤ ਸੀ ਵੀ ਉਹਨਾਂ ਦਾ ਇੱਕ ਪਲਾਨ ਸੀ ਵੀ ਇਹਨਾਂ ਬੱਚਿਆਂ ਨੂੰ ਸ਼ਹੀਦ ਜਿਹੜਾ ਹੈਗਾ ਕਰਨਾ ਹੀ ਕਰਨਾ ਹੈ, ਅਤੇ ਲਾਸਟ ਉਹਨਾਂ ਨੇ ਇਸ ਚੀਜ਼ ਨੂੰ ਅਮਲੀ ਜਾਮਾ ਪਹਿਨਾ ਕੇ ਉਹਨਾਂ ਜ਼ਾਲਮਾਂ ਨੇ ਲਾਸਟ ਉਹਨਾਂ ਨੂੰ ਜੋ ਬੱਚਿਆਂ ਨੂੰ ਸ਼ਹੀਦ ਕਰ ਹੀ ਦਿੱਤਾ। ਦੇਖੋ ਬਾਬਾ ਮੋਤੀ ਰਾਮ ਮਹਿਰਾ, ਇਹਨਾਂ ਦਾ ਨਾਂ ਵੀ ਬੜੇ ਸਤਿਕਾਰ ਨਾਲ ਅਮਰ ਰਹੂਗਾ ਦੁਨੀਆ ਤੱਕ, ਰਹਿੰਦੀ ਦੁਨੀਆ ਤੱਕ। ਅਤੇ ਦੇਖੋ ਕਿ ਇੱਥੋਂ ਤੱਕ ਕਿ ਸਾਹਿਬਜ਼ਾਦਿਆਂ ਦੇ ਸੰਸਕਾਰ ਦੇ ਲਈ ਵੀ ਜ਼ਮੀਨ ਦੇਣ ਤੋਂ ਵੀ ਨਾ ਕਰ ਦਿੱਤੀ ਸੀ, ਜ਼ਮੀਨ ਤੱਕ ਨਹੀਂ ਦੇਣ ਇਜਾਜ਼ਤ ਸੀ, ਇਸ ਤੋਂ ਵੱਡਾ ਜ਼ੁਲਮ ਕੀ ਹੋਊਗਾ। ਬਿਲਕੁਲ ਕੁੰਭ ਸਾਹਿਬ, ਜਿਵੇਂ ਤੁਸੀਂ ਦੀਵਾਨ ਟੋਡਰਮੱਲ ਦੀ ਗੱਲ ਕਰਦੇ ਹੋ ਤਾਂ ਉਸ ਸਮੇਂ ਦੇ ਵਿੱਚ ਦੀਵਾਨ ਟੋਡਰਮੱਲ ਦਾ ਨਾਂ ਰਹਿੰਦੀ ਦੁਨੀਆ ਤੱਕ, ਉਹ ਵੀ ਅਮਰ ਰਹੇਗਾ। ਬਿਲਕੁਲ ਜੀ, ਜਿਨ੍ਹਾਂ ਜਿਨ੍ਹਾਂ ਵਿਅਕਤੀਆਂ ਨੇ, ਕਿਉਂਕਿ ਉਹ ਮੈਂ ਸੋਚਦਾ ਵੀ ਉਦੋਂ ਵੀ ਕਿਤੇ ਕਿ ਇਹ ਮਨੁੱਖਤਾ ਨਾਂ ਦੀ ਚੀਜ਼ ਸੀ ਜੀ, ਹਿਊਮਨਿਟੀ ਸੀ, ਹਿਊਮਨਿਟੀ, ਉਹਨਾਂ ਬੱਚਿਆਂ ਦੇ ਛੋਟੇ ਛੋਟੇ ਬੱਚੇ ਜਿਹੜੇ ਕੋਮਲ ਹਿਰਦੇ, ਜਿਨ੍ਹਾਂ ਜਿਨ੍ਹਾਂ ਦਾ ਮਾਨਸਿਕ ਵਿਕਾਸ ਨਹੀਂ ਹੋਇਆ, ਤਾਂ ਮੈਨੂੰ ਲੱਗਦਾ ਵੀ ਉਹ ਇਨਸਾਨੀਅਤ ਦਾ ਜਜ਼ਬਾ ਟੋਡਰਮੱਲ ਨੇ ਦਿਖਾਇਆ ਜੀ। ਅਤੇ ਜੇਕਰ ਟੋਡਰਮੱਲ ਨੇ ਉਹ ਜਜ਼ਬਾ ਦਿਖਾਇਆ ਤਾਂ ਜੇ ਇਤਿਹਾਸ ਦੇ ਸੁਨਹਿਰੀ ਪੰਨਿਆਂ 'ਤੇ ਟੋਡਰਮੱਲ ਦੇ ਉਹਦੇ ਜਿਹੜੇ ਖਾਨਦਾਨ ਅਤੇ ਉਹਦੇ ਪਰਿਵਾਰ ਦੇ ਜਿਹੜੇ ਚਿੰਨ੍ਹ ਨੇ ਅੱਜ ਵੀ ਇਤਿਹਾਸ ਦੇ ਸੁਨਹਿਰੀ ਪੰਨਿਆਂ 'ਤੇ ਬੋਲਦੇ ਨੇ। ਬਿਲਕੁਲ ਬੋਲਦੇ ਨੇ, ਇਸ ਵਿੱਚ ਕੋਈ ਸ਼ੱਕ ਨਹੀਂ। ਔਰ ਇਹ ਵੇਖੋ ਕਿ ਦੀਵਾਨ ਟੋਡਰਮੱਲ ਨੇ ਇਹ ਜਗ੍ਹਾ ਖਰੀਦੀ, ਔਰ ਇਤਿਹਾਸ ਦੇ ਵਿੱਚ ਇਤਿਹਾਸ ਗਵਾਹ ਹੈ ਔਰ ਰਹਿੰਦੀ ਦੁਨੀਆ ਤੱਕ ਰਹੇਗਾ ਕਿ ਜਿੰਨੀ ਕੀਮਤੀ ਜ਼ਮੀਨ ਇਹ ਉਸ ਵੇਲੇ ਖਰੀਦੀ ਗਈ, ਸ਼ਰਤ ਕੀ ਰੱਖੀ ਗਈ ਕਿ ਜਿੰਨੀ ਜ਼ਮੀਨ ਇਹ ਤੁਸੀਂ ਲੈਣੀ ਹੈ ਸੰਸਕਾਰ ਜਿੰਨੀ, ਤਾਂ ਉਹਦੇ ਉੱਤੇ ਉਨੀਆਂ ਮੋਹਰਾਂ ਵਿਛਾਈਆਂ ਜਾਣ। ਦੀਵਾਨ ਟੋਡਰਮੱਲ ਨੇ ਉਹ ਮੋਹਰਾਂ ਵਿਛਾਉਣੀਆਂ ਸ਼ੁਰੂ ਕੀਤੀਆਂ ਤਾਂ ਸੂਬੇ ਦੇ ਮਨ ਵਿੱਚ ਲਾਲਚ ਆਇਆ, ਉਹ ਕਹਿੰਦਾ ਖੜੀਆਂ ਮੋਹਰਾਂ, ਲੇਟਮੀਆਂ ਮੋਹਰਾਂ ਨਹੀਂ, ਖੜਮੀਆਂ ਮੋਹਰਾਂ, ਸਾਰੀ ਧਰਤੀ 'ਤੇ ਖੜਮੀਆਂ ਮੋਹਰਾਂ ਵਿਛਾਓ। ਅਤੇ ਦੀਵਾਨ ਨੇ ਆਪਣੇ ਟੋਡਰਮੱਲ ਜੀ ਨੇ ਆਪਣੇ ਸਾਰੀ ਜਾਇਦਾਦ ਜ਼ਮੀਨ ਵੇਚ ਵੱਟ ਕੇ ਉਹ ਇਕੱਠੀ ਕੀਤੀ, ਮਾਇਆ ਰਾਸ਼ੀ ਅਤੇ ਮੋਹਰਾਂ ਇਕੱਠੀਆਂ ਕੀਤੀਆਂ, ਅਤੇ ਉਹ ਖੜੀਆਂ ਮੋਹਰਾਂ ਦੇ ਨਾਲ ਦੁਨੀਆ ਦੇ ਇਤਿਹਾਸ ਦੀ ਸਭ ਤੋਂ ਮਹਿੰਗੀ ਧਰਤੀ ਉਸ ਵੇਲੇ ਖਰੀਦੀ। ਬਿਲਕੁਲ ਕੁੰਭ ਸਾਹਿਬ, ਹੁਣ ਵੀ ਬਹੁਤ ਸਾਰੇ ਜਿਹੜੇ ਆਪਣੇ ਇਤਿਹਾਸਕਾਰ ਨੇ ਉਹਨਾਂ ਨੇ ਲਿਖਿਆ ਵੀ ਜੇਕਰ ਦੁਨੀਆ ਦੇ ਵਿੱਚ ਸਭ ਤੋਂ ਮਹਿੰਗੀ ਜਿਹੜੀ ਮਹਿੰਗੀ
ਜਿਹਦੀ ਕੋਈ ਕੀਮਤ ਨਹੀਂ, ਜਿਹਦਾ ਕੋਈ ਮੁੱਲ ਨਹੀਂ, ਉਹ ਜਗ੍ਹਾ ਫਤਿਹਗੜ੍ਹ ਸਾਹਿਬ ਹੈ ਜੀ, ਜਿੱਥੇ ਉਹਨਾਂ ਦੀ ਇੱਕ ਸ਼ਹਾਦਤ ਜੀ ਛੋਟੇ ਬੱਚਿਆਂ ਦੀ ਹੋਈ ਹੈ ਜੀ। ਬਿਲਕੁਲ ਬਿਲਕੁਲ, ਇਹਦੇ ਵਿੱਚ ਕੋਈ ਸ਼ੱਕ ਨਹੀਂ। ਅਤੇ ਦੋਸਤੋ, ਇੱਥੇ ਹੋਰ ਕਾਬਲੇ ਜ਼ਿਕਰ ਹੈ, ਜਦੋਂ ਮੁਲਾਕਾਤ ਹੁੰਦੀ ਹੈ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਦੀ, ਉਹਨਾਂ ਦੇ ਨਾਲ ਟੋਡਰਮੱਲ ਦੇ ਨਾਲ, ਅਤੇ ਟੋਡਰਮੱਲ ਨੂੰ ਕਿਹਾ ਜਾਂਦਾ ਕਿ ਤੂੰ ਭਾਈ ਕੋਈ ਵਰ ਮੰਗਣਾ ਮੰਗ ਲੈ। ਤਾਂ ਟੋਡਰਮੱਲ ਨੇ ਵਰ ਮੰਗਿਆ ਕਿ ਸੱਚੇ ਪਾਤਸ਼ਾਹ ਜੀ, ਜੇ ਮੈਨੂੰ ਵਰ ਦੇਣਾ ਤਾਂ ਮੈਨੂੰ ਵਰ ਦਿਓ ਕਿ ਮੇਰੇ ਭਵਿੱਖ ਦੇ ਵਿੱਚ ਕੋਈ ਔਲਾਦ ਨਾ ਹੋਵੇ, ਮੇਰਾ ਵੰਸ਼ ਇੱਥੇ ਹੀ ਖਤਮ ਹੋ ਜਾਵੇ। ਉਹਨਾਂ ਨੇ ਕਿਹਾ ਕਿਉਂ? ਤਾਂ ਉਹਨੇ ਕਿਹਾ ਕਿ ਮੇਰੀ ਕੱਲ੍ਹ ਨੂੰ ਕੋਈ ਔਲਾਦ ਇਹ ਗੱਲ ਨਾ ਕਹਿ ਸਕੇ ਕਿ ਸਾਡੇ ਬਜ਼ੁਰਗ ਨੇ ਸਭ ਤੋਂ ਮਹਿੰਗੀ ਜ਼ਮੀਨ ਖਰੀਦੀ, ਇਸ ਗੱਲ ਦਾ ਮਾਣ ਨਾ ਕੋਈ ਕਰ ਸਕੇ ਅਤੇ ਮੈਂ, ਮੇਰਾ ਵੰਸ਼ ਇੱਥੇ ਹੀ ਖਤਮ ਹੋ ਜਾਵੇ। ਇਸ ਤਰ੍ਹਾਂ ਦੇ ਵੀ ਕੁਰਬਾਨੀਆਂ ਦੇ ਪੁੰਜ ਪਏ। ਬਿਲਕੁਲ ਕੋਮਲ ਸਾਹਿਬ, ਕਿੰਨਾ ਸਨੇਹ, ਕਿੰਨਾ ਪਿਆਰ, ਕਿੰਨੀ ਹਮਦਰਦੀ। ਮੈਨੂੰ ਲੱਗਦਾ ਵੀ ਉਹਨਾਂ ਦਾ ਗੁਰੂ ਜੀ ਪ੍ਰਤੀ ਤਾਂ ਕਿੰਨਾ ਕਿੰਨੀ ਸ਼ਰਧਾ ਹੋਵੇਗੀ। ਉਹ ਇੱਕ ਇੱਕ ਵਿਅਕਤੀ ਸੀ, ਮੰਨ ਲਓ ਇੱਕ ਵਪਾਰੀ ਸੀ, ਚਾਹੇ ਕੋਈ ਬਿਜ਼ਨਸਮੈਨ ਉਸ ਸਮੇਂ ਦਾ ਕਹਿ ਸਕਦਾ, ਲੇਕਿਨ ਪਰ ਕੋਈ ਤਾਂ ਮਨੁੱਖ ਆਇਆ ਜਿਸ ਮਨੁੱਖ ਨੇ ਇਸ ਨੂੰ ਦੁੱਖ ਪ੍ਰਗਟ ਕਰਦੇ ਹੋਏ, ਆਪਣਾ ਧਨ ਦੌਲਤ ਵਾਰਦੇ ਹੋਏ, ਅਗਲੀ ਆਪਣੀ ਅੰਸ਼ ਵੀ ਨਾ ਹੋਣ ਦੀ ਗੱਲ ਕਹਿ ਦੇਣਾ। ਮੈਨੂੰ ਲੱਗਦਾ ਵੀ, ਮੈਂ ਕਹਿੰਦਾ ਇਤਿਹਾਸ ਦੇ ਪੰਨਿਆਂ ਦੇ ਵਿੱਚ ਕੀ, ਪੂਰੀ ਦੁਨੀਆ ਵਿੱਚ ਜਦ ਤੱਕ ਜੱਗ ਰਹੂਗਾ ਤਾਂ ਦੀਵਾਨ ਟੋਡਰਮੱਲ ਪਰਿਵਾਰ ਦਾ ਨਾਮ ਜਿਹੜਾ ਹੈਗਾ ਇਤਿਹਾਸ ਦੇ ਵਿੱਚ ਗੂੰਜਦਾ ਰਹੇਗਾ। ਜਿੰਨੇ ਵੀ ਉਸ ਵੇਲੇ ਹੋਏ, ਜਿਨ੍ਹਾਂ ਨੇ ਹਾਂ ਦਾ ਨਾਰਾ ਮਾਰਿਆ, ਜਿਹੜੇ ਕੋਹਲੂਆਂ ਦੇ ਵਿੱਚ ਪੀੜੇ ਗਏ ਪਰਿਵਾਰ ਸਮੇਤ, ਅਤੇ ਜਿਨ੍ਹਾਂ ਨੇ ਇਸ ਤਰ੍ਹਾਂ ਸ਼ਰਧਾ ਆਪਣੀ ਅਕੀਦਤ ਦੇ ਫੁੱਲ ਭੇਂਟ ਕੀਤੇ, ਇੱਕ ਹਾਂ ਦਾ ਨਾਰਾ ਮਾਰਿਆ, ਦਰਦ ਸੀ ਜਿਨ੍ਹਾਂ ਦੇ ਮਨ ਵਿੱਚ, ਉਹਨਾਂ ਸਾਰਿਆਂ ਦਾ ਨਾਂ ਰਹਿੰਦੀ ਦੁਨੀਆ ਤੱਕ ਯਾਦ ਰਹੇਗਾ। ਸੋ ਦੋਸਤੋ, ਫਤਿਹਗੜ੍ਹ ਸਾਹਿਬ ਦੀ ਉਹ ਮੁਕੱਦਸ ਧਰਤੀ ਜਿੱਥੇ ਸ਼ਰਧਾ ਦੇ ਨਾਲ ਅਸੀਂ ਸਿਰ ਝੁਕਾਉਂਦੇ ਹਾਂ ਜਾ ਕੇ, ਜਿੱਥੇ ਕੌਮ ਦਾ ਸਿਰ ਉੱਚਾ ਰਹੇ, ਅਤੇ ਆਉਣ ਵਾਲੀਆਂ ਤਾਰੀਖਾਂ ਇਸ ਗੱਲ ਨੂੰ ਲੈ ਕੇ ਮਿਹਣੇ ਨਾ ਮਾਰਨ ਕਿ ਆਪਣੀ ਜਾਨ ਨੂੰ ਸਾਹਮਣੇ ਰੱਖਦੇ ਹੋਏ ਈਨ ਮੰਨ ਲਈ, ਔਰ ਇਸ ਦ੍ਰਿੜ ਨਿਸ਼ਚੇ ਦੇ ਨਾਲ ਕਿ ਅਸੀਂ ਈਨ ਨਹੀਂ ਮੰਨੀ, ਜਾਨ ਦੇ ਦਿਆਂਗੇ। ਵੇਖੋ ਛੋਟੇ ਬੱਚਿਆਂ ਦਾ ਕਿੱਡਾ ਜ਼ਬਰਦਸਤ, ਕਿੱਡਾ ਕਾਲਜਾ। ਉੱਧਰ ਵੇਖੋ ਕਿ ਚਮਕੌਰ ਦੀ ਗੜੀ ਦੇ ਵਿੱਚ ਦੋ ਸ਼ਹੀਦ ਹੁੰਦੇ ਨੇ, ਜਿਨ੍ਹਾਂ ਦੇ ਸਰੀਰ ਦੇ ਉੱਤੇ ਤੀਰਾਂ ਦੇ ਨਿਸ਼ਾਨ ਗਿਣੇ ਨਹੀਂ ਜਾਂਦੇ, ਅਤੇ ਉਹਨਾਂ ਨੂੰ ਘੇਰ ਕੇ ਮਾਰਿਆ ਗਿਆ ਬਾਕਾਇਦਾ ਤੌਰ 'ਤੇ, ਉਹਨਾਂ ਦੇ ਨਾਲ ਯੁੱਧ ਕਰਨ ਦੇ ਲਈ ਬੱਚਿਆਂ ਦੇ ਨਾਲ, ਜਿਹੜੇ ਸ਼ਸਤਰ ਵਿੱਦਿਆ ਦੇ ਵਿੱਚ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਇੰਨੇ ਪਾਰੰਗਤ ਕਰ ਦਿੱਤੇ ਸੀ ਕਿ ਉਹਨਾਂ ਦੇ ਨਾਲ ਲੜਾਈ ਕਰਨ ਦੇ ਲਈ ਐਕਸਪਰਟ ਲਿਆਂਦੇ ਗਏ। ਬਿਲਕੁਲ ਜੀ ਕੋਮਲ ਸਾਹਿਬ, ਇੱਥੇ ਮੈਂ ਦੱਸਣਾ ਚਾਹੁੰਦਾ ਵੀ ਇਤਿਹਾਸਕਾਰ ਲਿਖਦੇ ਨੇ ਵੀ ਜਦੋਂ ਅਜੀਤ ਇਸ ਜੰਗ ਦੇ ਦ੍ਰਿਸ਼ ਦੇ ਵਿੱਚ ਜਿਹੜਾ ਹੈਗਾ ਮੁਗਲ ਸੈਨਿਕਾਂ ਨਾਲ ਲੜਾਈ ਲੜ ਰਿਹਾ, ਤਾਂ ਉਹਨਾਂ ਦੇ ਹੌਸਲੇ ਇੰਨੇ ਕੁ ਡਿੱਗ ਚੁੱਕੇ ਸਨ ਮੁਗਲ ਸੈਨਿਕਾਂ ਦੇ, ਤਾਂ ਉਹਨਾਂ ਨੂੰ ਉਸ ਸਮੇਂ ਦੇ ਐਕਸਪਰਟ ਜਿਹੜੇ ਤੀਰ ਅੰਦਾਜ਼ ਜਿਹੜੇ ਬੁਲਾਉਣੇ ਪਏ। ਕਹਿੰਦੇ ਨੇ ਜਦੋਂ ਵੀ ਅਜੀਤ ਦੇ ਜਦੋਂ ਅਜੀਤ ਗਿਰਦਾ ਤਾਂ ਉਹ ਗਿਰਦੇ ਨੇ, ਉਹ ਆਪਣਾ ਮ੍ਰਿਤਯੂ ਉਹਨਾਂ ਦੀ ਹੁੰਦੀ ਹੈ, ਤਾਂ 300 ਤੋਂ ਉੱਪਰ ਜਿਹੜੇ ਸਰੀਰ ਦੇ ਉੱਪਰ ਜਿਹੜੇ ਫੱਟ ਨੇ, ਇੱਥੇ ਇਤਿਹਾਸਕਾਰ ਲਿਖਦਾ ਵੀ ਇੰਨੇ ਤੀਰ ਉਹਨਾਂ ਦੇ ਸਰੀਰ ਦੇ ਵਿੱਚ ਜਿਹੜਾ ਹੈਗਾ ਉਹ ਮਾਰੇ ਗਏ, ਲੇਕਿਨ ਉਹਨਾਂ ਨੇ ਸੀ ਤੱਕ ਨਹੀਂ ਕੀਤੀ। ਤਾਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆਪਣੇ ਬੱਚਿਆਂ ਨੂੰ ਸ਼ਹੀਦ ਹੁੰਦੋਂ ਵੇਖ ਰਹੇ ਨੇ, ਅਤੇ ਲੇਕਿਨ ਉਹਨਾਂ ਨੇ ਇੱਕ ਵਾਰੀ ਵੀ ਮਨ ਵਿੱਚ ਨਹੀਂ ਆਇਆ ਵੀ ਮੇਰਾ ਪੁੱਤਰ ਦੁਨੀਆ ਤੋਂ ਜਾ ਚੁੱਕਿਆ, ਚਲਿਆ ਜਾ ਚੁੱਕਿਆ। ਉਹਨਾਂ ਨੇ ਫਿਰ ਹਿੰਮਤ ਨਾਲ ਫੌਜਾਂ ਨੂੰ ਲੜਨ ਦਾ ਦਿਲਾਸਾ ਲਗਾਤਾਰ ਉਹ ਜੰਗ ਦੇ ਵਿੱਚ ਜਾਰੀ ਰੱਖਦੇ ਨੇ। ਦੋਸਤੋ, ਮਾਸੂਮ ਬੱਚਿਆਂ ਨੇ ਸਾਬਤ ਕਰ ਦਿੱਤਾ ਕੋਈ ਕਿਹੜੇ ਬਾਪ ਦੇ ਬੇਟੇ ਨੇ, ਕਿੱਦਾਂ ਦੀ ਜਿਹੜੀ ਸਿੱਖਿਆ ਮਿਲੀ ਉਸ ਸਿੱਖਿਆ ਨੂੰ ਉਹਨਾਂ ਨੇ ਆਪਣੇ ਸਵਾਸਾਂ ਦੇ ਨਾਲ ਨਿਭਾਇਆ, ਸਿੱਧ ਕੀਤਾ। ਅਤੇ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਕਿ ਚਾਰ ਮੂਏ ਤੋਂ ਕਿਆ ਹੋਊਗਾ ਜਬ ਜੀਵਿਤ ਕਈ ਹਜ਼ਾਰ, ਬਹੁਤ ਵੱਡੀ ਗੱਲ ਕਹੀ ਸੀ। ਅਤੇ ਅੱਜ ਸਾਨੂੰ ਬੜੇ ਦੁੱਖ ਨਾਲ ਇਹ ਵੀ ਕਹਿਣਾ ਪੈਂਦਾ ਕਿ ਜਦੋਂ ਇਹਨਾਂ ਦਿਨਾਂ ਦੇ ਵਿੱਚ ਬੜੇ ਦੁੱਖ ਦੇ ਦਿਨ ਨੇ, ਕਦੇ ਉਹ ਸਮਾਂ ਸੀ ਜਦੋਂ ਫਤਿਹਗੜ੍ਹ ਸਾਹਿਬ ਦੇ ਇਲਾਕੇ ਦੇ ਸਰਹੰਦ ਦੇ ਜਿਹੜੇ ਲੋਕ ਨੇ, ਸਰਹੰਦ ਦੇ ਲੋਕ ਉੱਥੇ ਇਸ ਇਹਨਾਂ ਦਿਨਾਂ ਦੇ ਵਿੱਚ ਬਿਸਤਰੇ 'ਤੇ ਨਹੀਂ ਪੈਂਦੇ ਸੀ, ਮੰਜੇ 'ਤੇ ਨਹੀਂ ਪੈਂਦੇ ਸੀ, ਭੁੰਜੇ ਪੈਂਦੇ ਸੀ, ਤਾਂ ਜੋ ਉਸ ਠੰਡ ਦਾ, ਉਸ ਦਰਦ ਦਾ ਅਹਿਸਾਸ ਕੀਤਾ ਜਾਵੇ।
ਅਹਿਸਾਸ ਬਿਲਕੁਲ ਬਿਲਕੁਲ ਕਰ ਸਕਣ, ਕੋਈ ਦੋਰਾ ਨਹੀਂ, ਕੋਈ ਦੋਰਾ ਨਹੀਂ। ਅਤੇ ਬੜੀ ਸ਼ਰਮ ਦੀ ਗੱਲ ਹੈ, ਬੜੀ ਘਟੀਆ ਗੱਲ ਹੈ ਕਿ ਇੰਨੀ ਨੀਚਤਾ ਉੱਥੇ ਪੈਦਾ ਹੋ ਗਈ ਸੀ ਕਿ ਮੇਲਿਆਂ ਦੇ ਵਿੱਚ ਉੱਥੇ ਡਾਂਸਰਾਂ ਤੱਕ ਬੁਲਾਈਆਂ ਜਾਣ ਲੱਗ ਪਈਆਂ ਸਨ। ਅਤੇ ਮੈਂ ਇੱਥੇ ਜ਼ਿਕਰ ਕਰਾਂਗਾ ਆਹਲੂਵਾਲੀਆ ਜੀ ਦਾ, ਜਿਹੜੇ ਉਸ ਵੇਲੇ ਡਿਪਟੀ ਕਮਿਸ਼ਨਰ ਸਨ, ਉਹਨਾਂ ਨੇ ਪ੍ਰਕਿਰਿਆ ਬੰਦ ਕੀਤੀ ਸਟ੍ਰਿਕਟਲੀ। ਔਰ ਦੋਸਤੋ ਹੁਣ ਵੀ ਉੱਥੇ ਹੁਣ ਜਿਹੜੇ ਡਿਪਟੀ ਕਮਿਸ਼ਨਰ ਨੇ ਅੰਮ੍ਰਿਤ ਕੌਰ ਗਿੱਲ ਜੀ, ਉਹਨਾਂ ਨੇ ਵੀ ਉੱਥੇ ਬੜੇ ਸੁਧਾਰ ਕੀਤੇ ਨੇ। ਹੁਣ ਉਹਨਾਂ ਨੇ ਵੀ ਇਸ ਤਰ੍ਹਾਂ ਦੇ ਸਰਕਸ, ਮੇਲੇ, ਇਸ ਤਰ੍ਹਾਂ ਦੀਆਂ ਦੁਕਾਨਾਂ ਜਿਹੜੀਆਂ ਨੇ ਇਹਨਾਂ ਦੇ ਉੱਤੇ ਬੈਨ ਲਾਏ। ਬਿਲਕੁਲ ਕੁੰਮਲ ਸਾਹਿਬ ਜਿੱਦਾਂ, ਅਰੇ ਹੋਣਾ ਚਾਹੀਦਾ ਬਿਲਕੁਲ ਤੁਸੀਂ ਪਿਛਲੇ। ਅੱਛਾ ਇੱਕ ਇੱਕ ਗੱਲ ਦਾ ਬੜਾ ਸਾਨੂੰ ਦੁੱਖ ਹੋਇਆ, ਬੜਾ ਦੁੱਖ ਹੋਇਆ। ਮੈਂ ਜਦੋਂ ਕਈ ਮੇਰੇ ਸਿੱਖ ਦੋਸਤਾਂ ਦੇ ਪੰਨੇ ਜਿਹੜੇ ਦੇਖਦਾ, ਮੇਰੇ ਹਿੰਦੂ ਦੋਸਤਾਂ ਦੇ, ਗੁਰੂ ਨਾਨਕ ਨਾਮ ਲੇਵਾ ਸੰਗਤ ਦੇ ਜਦੋਂ ਅਸੀਂ ਦੇਖਦੇ ਹਾਂ ਉਹਨਾਂ ਦੇ ਵਟਸਐਪ ਸਟੇਟਸ, ਤਾਂ ਉਹ ਵਧਾਈਆਂ ਦਿੰਦੇ ਨੇ ਇਹਨਾਂ ਇਸ ਦੇ ਵਿੱਚ ਕ੍ਰਿਸਮਿਸ ਦੀਆਂ, ਹੈ ਨਾ, ਕਾਰਡ ਵੰਡਦੇ ਨੇ। ਜਿਹੜੀ ਇਹ ਸੋਗ ਦੀ ਘੜੀ ਆ ਉਹਨੂੰ ਭੁੱਲ ਜਾਂਦੇ ਨੇ, ਭੁੱਲ ਜਾਂਦੇ ਨੇ। ਉਹ ਸਿਰਫ ਆਪਣੀ ਇੱਕੋ ਡਿਊਟੀ ਸਮਝ ਲੈਂਦੇ ਨੇ ਵੀ ਚਲੋ ਇਹ ਵੀ ਚੰਗੀ ਗੱਲ ਹੈ। ਖੈਰ ਸੰਗਤ ਜਿਹੜੀ ਜਾਂਦੀ ਹੈ ਇਸ ਠੰਡ ਦੇ ਵਿੱਚ, ਉਹਨੂੰ ਚਾਹ ਪਿਆਉਂਦੇ ਨੇ, ਸੰਗਤ ਨਿੱਘੀ ਰਹੇ, ਠੰਡ ਨਾਲ ਠੁਰ ਠੁਰ ਨਾ ਕਰੇ। ਪਰ ਇਹ ਅਹਿਸਾਸ ਹੋਣ ਦੇਣਾ ਚਾਹੀਦਾ, ਅਹਿਸਾਸ ਹੋਣ ਦੇਣਾ ਚਾਹੀਦਾ ਕਿ ਕਿਸ ਠੰਡ ਦੇ ਵਿੱਚ ਕਿਸ ਤਰ੍ਹਾਂ ਉਹਨਾਂ ਨੇ ਇੰਨੀ ਠੰਡ ਦੇ ਬਾਵਜੂਦ, ਇੰਨੇ ਅੱਤਿਆਚਾਰਾਂ ਦੇ ਬਾਵਜੂਦ, ਭੁੱਖੇ ਰਹਿਣ ਦੇ ਬਾਵਜੂਦ ਆਪਣਾ ਸਿਦਕ ਨਹੀਂ ਡੋਲਿਆ। ਬਿਲਕੁਲ ਕੁੰਮਲ ਸਾਹਿਬ, ਜਿੱਦਾਂ ਤੁਸੀਂ ਗੱਲ ਕੀਤੀ ਹੈ ਵੀ ਆਹਲੂਵਾਲੀਆ ਸਾਹਿਬ ਨੇ ਜਿਹੜਾ ਰਿਫੋਰਮ ਇੰਟਰੋਡਿਊਸ ਕੀਤੇ, ਸੁਧਾਰ ਕੀਤੇ, ਤਾਂ ਮੈਨੂੰ ਲੱਗਦਾ ਵੀ ਪਿਛਲੇ ਮੈਂ ਦੇਖ ਰਿਹਾ ਵੀ 10 ਸਾਲ ਤੋਂ ਇੰਨੀ ਕੁ ਚੇਤਨਾ ਆਈ ਹੈ, ਇੰਨਾ ਕੁ ਲੋਕ ਜਾਗਰੂਕ ਹੋਏ ਨੇ, ਤਾਂ ਲੋਕਾਂ ਨੂੰ ਬਾਅਦ ਵਿੱਚ ਉਹ ਪਤਾ ਲੱਗਿਆ ਵੀ ਅਸੀਂ ਇੰਨੇ ਸਾਲ ਜਿਹੜਾ ਹੈਗਾ ਇਸ ਨੂੰ ਇੱਕ ਸ਼ਹੀਦੀ ਜਿਹੜਾ ਹੈਗਾ ਜੋੜ ਮੇਲੇ ਨੂੰ ਅਸੀਂ ਇੱਕ ਮੇਲੇ ਦਾ ਸਰੂਪ ਹੀ ਦਿੰਦੇ ਰਹੇ ਜੀ। ਲੇਕਿਨ ਹੁਣ ਜਿਹੜਾ ਸੋਸ਼ਲ ਮੀਡੀਆ ਆ ਗਿਆ, ਨਵੀਂ ਜਨਰੇਸ਼ਨ ਆ ਗਈ ਹੈ, ਨਵੀਂ ਜਿਹੜੀ ਨੌਜਵਾਨ ਪੀੜ੍ਹੀ ਆ ਗਈ ਹੈ, ਜਾਂ ਕੋਈ ਨਵੇਂ ਸਮਾਜ ਸੁਧਾਰਕ ਨੇ, ਬੁੱਧੀਜੀਵੀ ਵਰਗ ਹੈ, ਰਾਈਟਰ ਨੇ, ਤਾਂ ਇਸ ਚੀਜ਼ ਦੀ ਕਰੜੀ ਜਿਹੜੀ ਨਿੰਦਿਆ ਹੋਣ ਤੋਂ ਬਾਅਦ ਮੈਨੂੰ ਲੱਗਦਾ ਵੀ ਬਹੁਤ ਸਾਰੇ ਜਿਹੜੇ ਸੁਧਾਰ ਨੇ ਉਹ ਸਾਹਮਣੇ ਆਏ ਨੇ। ਤਾਂ ਮੈਂ ਹੁਣ ਵੀ ਮੈਂ ਖੁਦ ਆਪਣੇ ਬੱਚਿਆਂ ਨਾਲ ਫਤਿਹਗੜ੍ਹ ਸਾਹਿਬ ਹੁਣ ਮੈਂ ਜਾਣ ਦਾ ਮੌਕਾ ਮਿਲਿਆ ਵੀ ਮੈਨੂੰ ਲੱਗਦਾ ਵੀ ਦੁਨੀਆ ਆਪਣੇ ਬੱਚਿਆਂ ਨੂੰ ਲਿਆ ਕੇ ਤਾਂ ਇਤਿਹਾਸ ਦੇ ਜਿਹੜੇ ਸੁਨਹਿਰੀ ਪੰਨੇ ਨੇ ਉਹਨਾਂ ਦੇ ਦ੍ਰਿਸ਼ ਦਿਖਾ ਕੇ ਆਪਣੇ ਬੱਚਿਆਂ ਨੂੰ ਚੇਤੰਨ ਜਿਹੜਾ ਹੈਗਾ ਕੀਤਾ ਜਾ ਰਿਹਾ, ਅਤੇ ਆਪਣੇ ਧਰਮ ਅਤੇ ਵਿਰਸੇ ਦੇ ਨਾਲ ਜੋੜਨ ਦੇ ਨਾਲ ਨਾਲ ਸਮਾਜ ਦੇ ਪ੍ਰਤੀ ਜ਼ਿੰਮੇਵਾਰ ਹੋਣ ਦੀ ਗੱਲ ਵੀ ਜਿਹੜੀ ਹੈਗੀ ਹੈ ਉਹ ਮਾਤਾ ਪਿਤਾ ਵੱਲੋਂ ਨਮਸਤਕ ਹੁੰਦੇ ਜਿਹੜੀ ਉਹ ਕੀਤੀ ਜਾ ਰਹੀ ਹੈ। ਬਹੁਤ ਜ਼ਰੂਰੀ ਹੈ, ਬਹੁਤ ਜ਼ਰੂਰੀ ਹੈ, ਪ੍ਰਚਾਰ ਬਹੁਤ ਜ਼ਰੂਰੀ ਹੈ, ਸਿੱਖੀ ਦਾ ਪ੍ਰਚਾਰ ਬਹੁਤ ਜ਼ਰੂਰੀ ਹੈ। ਔਰ ਬੱਚਿਆਂ ਦੀਆਂ ਕੁਰਬਾਨੀਆਂ, ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਜੋ ਕੌਮ ਦੇ ਲਈ ਕੀਤਾ ਗਿਆ ਸੰਘਰਸ਼, ਔਰ ਜੋ ਉਹਨਾਂ ਨੇ ਧਰਮ ਦੀ ਰਾਖੀ ਦੇ ਲਈ ਆਪਣਾ ਪਰਿਵਾਰ ਵਾਰ ਦਿੱਤਾ, ਸਭ ਤੋਂ ਪਹਿਲਾਂ ਉਹਨਾਂ ਨੇ ਆਪਣੇ ਪਿਤਾ ਜੀ ਦੀ ਜਿਹੜੀ ਕੁਰਬਾਨੀ ਉਹ ਦੇਖੋ। ਹਾਂ ਬਿਲਕੁਲ, ਮੈਂ ਕੁੰਮਲ ਸਾਹਿਬ ਇੱਥੇ ਤੁਹਾਨੂੰ ਵੀ ਦੱਸਣਾ ਚਾਹੁੰਦਾ ਵੀ ਪਿੱਛੇ ਜੇ ਤੁਸੀਂ ਦੇਖਿਆ ਹੋਣਾ ਵੀ ਪਹਿਲਾਂ ਕਿ ਸਿਆਸੀ ਜਿਹੜੀ ਹੈਗੀਆਂ ਕਾਨਫਰੰਸਾਂ ਜਿਹੜੀ ਸਮੇਂ ਦੀ ਹਕੂਮਤ ਵੱਲੋਂ, ਚਾਹੇ ਉਹ ਅਕਾਲੀ ਦਲ ਦੀ ਸੀ, ਚਾਹੇ ਉਹ ਕਾਂਗਰਸ ਦੀ, ਕੋਈ ਵੀ ਸਰਕਾਰ ਹੋਵੇ, ਤਾਂ ਲੋਕਾਂ ਨੇ ਮੈਨੂੰ ਲੱਗਦਾ ਪਿਛਲੇ 5-7 ਸਾਲਾਂ ਤੋਂ ਸਿਆਸੀ ਕਾਨਫਰੰਸਾਂ ਨੂੰ ਅਣਗੋਲਿਆ ਕਰ ਦਿੱਤਾ। ਤਾਂ ਮੈਨੂੰ ਲੱਗਦਾ ਕਈ ਵਾਰੀ ਸਿਆਸੀ ਕਾਨਫਰੰਸਾਂ ਨੂੰ ਬੰਦ ਕਰਨ ਦੇ ਲਈ ਕੁਝ ਸਿੱਖ ਜਥੇਬੰਦੀਆਂ ਵੱਲੋਂ ਸੰਘਰਸ਼ ਵੀ ਕੀਤੇ ਗਏ ਨੇ, ਤਾਂ ਉਹ ਸੰਘਰਸ਼ਾਂ ਦੇ ਨਤੀਜੇ ਸਾਹਮਣੇ ਆਏ ਨੇ। ਹੁਣ ਮੈਨੂੰ ਲੱਗਦਾ ਵੀ ਸਿਆਸੀ ਜਿਹੜਾ ਹੈਗਾ ਉੱਥੇ ਕੋਈ ਮਾਹੌਲ ਇੱਦਾਂ ਦਾ ਨਹੀਂ ਸਿਰਜਿਆ ਜਾਂਦਾ, ਸਿਰ ਮੈਨੂੰ ਲੱਗਦਾ ਵੀ ਲੋਕ ਜਿਹੜੇ ਨੇ ਉਹ ਨਮਸਤਕ ਜਿਹੜਾ ਹੋਣ ਲਈ, ਗੁਰੂ ਘਰ ਨੂੰ ਨਮਸਤਕ ਹੋਣ ਲਈ, ਉਹਨਾਂ ਬੱਚਿਆਂ ਦੀ ਸ਼ਹੀਦੀ ਨੂੰ ਨਮਸਤਕ ਹੋਣ ਲਈ ਜਿਹੜਾ ਪਹੁੰਚਦੇ ਨੇ, ਉਹਨਾਂ ਦਾ ਸਿਆਸੀ ਲੋਕਾਂ ਦਾ ਹੁਣ ਲੈਣਾ ਦੇਣਾ ਲੋਕਾਂ ਨੇ ਜਿਹੜਾ ਹੈਗਾ ਉਹ ਖਤਮ ਕਰ ਦਿੱਤਾ। ਸੋ ਦੋਸਤੋ ਫਿਲਹਾਲ ਅੱਜ ਦੀ ਚਰਚਾ ਦੇ ਵਿੱਚ ਇੰਨਾ ਹੀ। ਦੋਸਤੋ ਯਾਦ ਕਰੋ ਉਹਨਾਂ ਬੱਚਿਆਂ ਦੀ ਕੁਰਬਾਨੀ, ਯਾਦ ਕਰੋ ਮਾਤਾ ਗੁਜਰੀ ਜੀ ਦੀ ਕੁਰਬਾਨੀ, ਚਾਰੇ ਸਾਹਿਬਜ਼ਾਦੇ, ਸਾਹਿਬਜ਼ਾਦਾ ਅਜੀਤ ਸਿੰਘ ਜੀ, ਸਾਹਿਬਜ਼ਾਦਾ ਜੁਝਾਰ ਸਿੰਘ ਜੀ, ਸਾਹਿਬਜ਼ਾਦਾ ਫਤਿਹ ਸਿੰਘ ਜੀ, ਸੋ ਕੁਰਬਾਨੀਆਂ ਦੇ ਪੁੰਜ ਚਾਰੇ ਸਾਹਿਬਜ਼ਾਦੇ, ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਜਿਨ੍ਹਾਂ ਨੇ ਸੀ ਤੱਕ ਨਹੀਂ ਉਚਾਰੀ, ਪੂਰੇ ਪਰਿਵਾਰ ਦਾ ਬਲੀਦਾਨ ਦੇ ਦਿੱਤਾ। ਦੋਸਤੋ ਸਾਡੇ ਬੱਚੇ ਦੇ ਸੱਟ ਵੀ ਲੱਗ ਜਾਵੇ, ਚੂੰਡੀ ਵੀ ਭਰ ਦੇਵੇ ਕੋਈ,
ਤਾਂ ਅਸੀਂ ਹਾਏ ਹਾਏ ਕਰਦੇ ਰਹਿੰਦੇ ਹਾਂ, ਪਤਾ ਨਹੀਂ ਕਿਸ ਤਰ੍ਹਾਂ ਦੇ ਡਾਕਟਰਾਂ ਕੋਲ ਲੈ ਕੇ ਜਾਂਦੇ। ਅਤੇ ਇੱਥੇ ਜਿਗਰਾ ਦੇਖੋ, ਜਿਗਰਾ ਦੇਖੋ ਫਖਰੇ ਕੌਮ ਦਾ, ਅਤੇ ਉਸ ਬਾਜਾਂ ਵਾਲੇ ਨੂੰ ਮੇਰੇ ਕਲਗੀਧਰ ਪਾਤਸ਼ਾਹ ਨੂੰ ਅਸੀਂ ਗੱਲ ਪੰਜਾਬ ਦੀ ਟੀ ਵੀ ਵੱਲੋਂ ਅਤੇ ਤੁਹਾਡੇ ਸਾਰਿਆਂ ਵੱਲੋਂ ਸ਼ਰਧੇ ਦੇ ਨਾਲ ਨਮਨ ਕਰਦੇ ਹਾਂ, ਸੀਸ ਝੁਕਾਉਂਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।